ਤੁਸੀਂ ਵੇਖ ਲਓ ਲਿਬਰਲ ਟੀਵੀ ਮੁੱਦਾ ਅੱਜ ਦਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਪੰਜਾਬ ਸਰਕਾਰ ਨੂੰ ਨਵੇਂ 5 ਮੰਤਰੀ ਮਿਲ ਗਏ। ਪੰਜਾਬ ਦੀ ਕੈਬਨਿਟ ਦੇ ਵਿੱਚ ਅੱਜ ਨਵੇਂ 5 ਮੰਤਰੀਆਂ ਨੂੰ ਸ਼ਾਮਿਲ ਕਰ ਲਿਆ ਗਿਆ। 4 ਮੰਤਰੀਆਂ ਦੇ ਅਸਤੀਫੇ ਤੋਂ ਬਾਅਦ 5 ਨਵੇਂ ਮੰਤਰੀਆਂ ਨੂੰ ਅੱਜ ਪੰਜਾਬ ਦੇ ਰਾਜ ਭਵਨ ਦੇ ਵਿੱਚ ਨਵੇਂ ਬਣੇ ਰਾਜਪਾਲ ਵੱਲੋਂ ਸਹੁੰ ਚੁਕਾਈ ਗਈ। ਸੋ ਨਵੇਂ ਰਾਜਪਾਲ ਨੇ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਈ। ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਦੇ ਵਿੱਚ ਜਦੋਂ 5 ਮੰਤਰੀਆਂ ਨੂੰ ਸਹੁੰ ਚੁਕਾਈ ਗਈ ਤਾਂ ਉਹਨਾਂ 'ਚ ਮਹਿੰਦਰ ਭਗਤ ਵੀ ਸ਼ਾਮਲ ਸੀ, ਜਿਨ੍ਹਾਂ ਨਾਲ ਜਿਮਨੀ ਚੋਣ ਦੇ ਦੌਰਾਨ ਮੁੱਖ ਮੰਤਰੀ ਨੇ ਜਲੰਧਰ ਪੱਛਮੀ ਦੇ ਵੋਟਰਾਂ ਨਾਲ ਵਾਅਦਾ ਕੀਤਾ ਸੀ ਕਿ ਤੁਸੀਂ ਜਿਤਾ ਕੇ ਭੇਜੋ, ਜਾਂਦੇ ਹੀ ਮੈਂ ਮੰਤਰੀ ਬਣਾ ਦਿਆਂਗਾ। ਸੋ ਉਹਨਾਂ ਨਾਲ ਵਾਅਦਾ ਪੁੱਗ ਗਿਆ ਜੀ, ਉਹ ਵੀ ਮੰਤਰੀ ਬਣ ਗਏ। ਉਹ ਤੋਂ ਬਿਨਾਂ 4 ਹੋਰ, ਸੋ 5 ਜਿਹੜੇ ਮੰਤਰੀ ਬਣੇ। ਸਭ ਤੋਂ ਪਹਿਲਾਂ ਹਰਦੀਪ ਮੁੰਡੀਆਂ ਹੋਰਾਂ ਨੂੰ, ਜਿਹੜੇ ਸਾਹਨੇਵਾਲ ਤੋਂ MLA ਨੇ, ਹਰਦੀਪ ਮੁੰਡੀਆਂ ਸਭ ਤੋਂ ਪਹਿਲਾਂ ਉਹਨਾਂ ਨੇ ਸਹੁੰ ਚੁੱਕੀ। ਉਸ ਤੋਂ ਬਾਅਦ ਫਿਰ ਵਰਿੰਦਰ ਕੁਮਾਰ ਗੋਇਲ ਹੋਰਾਂ ਨੇ ਸਹੁੰ ਚੁੱਕੀ, ਜਿਹੜੇ ਲਹਿਰਾ ਤੋਂ MLA ਨੇ। ਇਸ ਤੋਂ ਬਾਅਦ ਫਿਰ ਤਰਨਪ੍ਰੀਤ ਸਿੰਘ ਸੋਧ ਹੋਰਾਂ ਨੇ ਸਹੁੰ ਚੁੱਕੀ, ਜਿਹੜੇ ਖੰਨਾ ਤੋਂ MLA ਨੇ। ਅਤੇ ਫਿਰ ਸ਼ਾਮ 84 ਤੋਂ ਡਾਕਟਰ ਰਵਜੋਤ ਸਿੰਘ ਹੋਰਾਂ ਨੇ ਸਹੁੰ ਚੁੱਕੀ। ਅਤੇ ਜਲੰਧਰ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ MLA ਮਹਿੰਦਰ ਭਗਤ ਹੋਰਾਂ ਨੂੰ ਸਹੁੰ ਚੁਕਾਈ ਗਈ। ਸੋ ਇਹ 5 ਨਵੇਂ ਕੈਬਨਿਟ ਮੰਤਰੀ ਮੁੱਖ ਮੰਤਰੀ ਭਗਵੰਤ ਮਾਨ ਦੀ ਬਜਾਰਤ ਸ਼ਾਮਲ ਹੋ ਗਏ ਨੇ। ਅਤੇ ਹੁਣ ਵਿਭਾਗਾਂ ਦਾ ਆਦਾਨ ਪ੍ਰਦਾਨ, ਅਦਲਾ ਬਦਲੀ ਹੋਣੀ ਹੈ। ਉਹਨਾਂ 4 ਮੰਤਰੀਆਂ ਵਾਲੇ ਵਿਭਾਗ ਵੀ ਵੰਡੇ ਜਾਣੇ ਨੇ, ਅਤੇ ਕੁਝ ਮੰਤਰੀਆਂ ਤੋਂ ਇੱਧਰੋਂ ਉੱਧਰੋਂ ਵੀ ਵਿਭਾਗ ਅੱਗੇ ਪਿੱਛੇ ਕੀਤੇ ਜਾ ਸਕਦੇ ਨੇ। ਪਰ ਫਿਲਹਾਲ ਪੰਜਾਬ ਸਰਕਾਰ ਦੇ ਵਿੱਚ ਨਵੀਂ ਬਜਾਰਤ ਦੇ ਰੂਪ ਦੇ ਵਿੱਚ 5 ਮੰਤਰੀ ਸ਼ਾਮਲ ਹੋ ਗਏ ਨੇ। ਇਹ ਪਹਿਲੂ ਅਹਿਮ ਹੈ। ਤੁਸੀਂ ਵੇਖ ਰਹੇ ਹੋ ਲਿਬਰਲ ਟੀਵੀ ਮੁੱਦਾ ਅੱਜ ਦਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਪੰਜਾਬ ਸਰਕਾਰ ਨੂੰ ਨਵੇਂ 5 ਮੰਤਰੀ ਮਿਲ ਗਏ। ਪੰਜਾਬ ਦੀ ਕੈਬਨਿਟ ਦੇ ਵਿੱਚ ਅੱਜ ਨਵੇਂ 5 ਮੰਤਰੀਆਂ ਨੂੰ ਸ਼ਾਮਿਲ ਕਰ ਲਿਆ ਗਿਆ। 4 ਮੰਤਰੀਆਂ ਦੇ ਅਸਤੀਫੇ ਤੋਂ ਬਾਅਦ 5 ਨਵੇਂ ਮੰਤਰੀਆਂ ਨੂੰ ਅੱਜ ਪੰਜਾਬ ਦੇ ਰਾਜ ਭਵਨ ਦੇ ਵਿੱਚ ਨਵੇਂ ਬਣੇ ਰਾਜਪਾਲ ਵੱਲੋਂ ਸਹੁੰ ਚੁਕਾਈ ਗਈ। ਸੋ ਨਵੇਂ ਰਾਜਪਾਲ ਨੇ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਈ। ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਦੇ ਵਿੱਚ ਜਦੋਂ 5 ਮੰਤਰੀਆਂ ਨੂੰ ਸਹੁੰ ਚੁਕਾਈ ਗਈ ਤਾਂ ਉਹਨਾਂ 'ਚ ਮਹਿੰਦਰ ਭਗਤ ਵੀ ਸ਼ਾਮਲ ਸੀ, ਜਿਨ੍ਹਾਂ ਨਾਲ ਜਿਮਨੀ ਚੋਣ ਦੇ ਦੌਰਾਨ ਮੁੱਖ ਮੰਤਰੀ ਨੇ ਜਲੰਧਰ ਪੱਛਮੀ ਦੇ ਵੋਟਰਾਂ ਨਾਲ ਵਾਅਦਾ ਕੀਤਾ ਸੀ ਕਿ ਤੁਸੀਂ ਜਿਤਾ ਕੇ ਭੇਜੋ, ਜਾਂਦੇ ਹੀ ਮੈਂ ਮੰਤਰੀ ਬਣਾ ਦਿਆਂਗਾ। ਸੋ ਉਹਨਾਂ ਨਾਲ ਵਾਅਦਾ ਪੁੱਗ ਗਿਆ ਜੀ, ਉਹ ਵੀ ਮੰਤਰੀ ਬਣ ਗਏ। ਉਹ ਤੋਂ ਬਿਨਾਂ 4 ਹੋਰ, ਸੋ 5 ਜਿਹੜੇ ਮੰਤਰੀ ਬਣੇ। ਸਭ ਤੋਂ ਪਹਿਲਾਂ ਹਰਦੀਪ ਮੁੰਡੀਆਂ ਹੋਰਾਂ ਨੂੰ, ਜਿਹੜੇ ਸਾਹਨੇਵਾਲ ਤੋਂ MLA ਨੇ, ਹਰਦੀਪ ਮੁੰਡੀਆਂ ਸਭ ਤੋਂ ਪਹਿਲਾਂ ਉਹਨਾਂ ਨੇ ਸਹੁੰ ਚੁੱਕੀ। ਉਸ ਤੋਂ ਬਾਅਦ ਫਿਰ ਵਰਿੰਦਰ ਕੁਮਾਰ ਗੋਇਲ ਹੋਰਾਂ ਨੇ ਸਹੁੰ ਚੁੱਕੀ, ਜਿਹੜੇ ਲਹਿਰਾ ਤੋਂ MLA ਨੇ। ਇਸ ਤੋਂ ਬਾਅਦ ਫਿਰ ਤਰਨਪ੍ਰੀਤ ਸਿੰਘ ਸੋਧ ਹੋਰਾਂ ਨੇ ਸਹੁੰ ਚੁੱਕੀ, ਜਿਹੜੇ ਖੰਨਾ ਤੋਂ MLA ਨੇ। ਅਤੇ ਫਿਰ ਸ਼ਾਮ 84 ਤੋਂ ਡਾਕਟਰ ਰਵਜੋਤ ਸਿੰਘ ਹੋਰਾਂ ਨੇ ਸਹੁੰ ਚੁੱਕੀ। ਅਤੇ ਜਲੰਧਰ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ MLA ਮਹਿੰਦਰ ਭਗਤ ਹੋਰਾਂ ਨੂੰ ਸਹੁੰ ਚੁਕਾਈ ਗਈ। ਸੋ ਇਹ 5 ਨਵੇਂ ਕੈਬਨਿਟ ਮੰਤਰੀ ਮੁੱਖ ਮੰਤਰੀ ਭਗਵੰਤ ਮਾਨ ਦੀ ਬਜਾਰਤ ਸ਼ਾਮਲ ਹੋ ਗਏ ਨੇ। ਅਤੇ ਹੁਣ ਵਿਭਾਗਾਂ ਦਾ ਆਦਾਨ ਪ੍ਰਦਾਨ, ਅਦਲਾ ਬਦਲੀ ਹੋਣੀ ਹੈ। ਉਹਨਾਂ 4 ਮੰਤਰੀਆਂ ਵਾਲੇ ਵਿਭਾਗ ਵੀ ਵੰਡੇ ਜਾਣੇ ਨੇ, ਅਤੇ ਕੁਝ ਮੰਤਰੀਆਂ ਤੋਂ ਇੱਧਰੋਂ ਉੱਧਰੋਂ ਵੀ ਵਿਭਾਗ ਅੱਗੇ ਪਿੱਛੇ ਕੀਤੇ ਜਾ ਸਕਦੇ ਨੇ। ਪਰ ਫਿਲਹਾਲ ਪੰਜਾਬ ਸਰਕਾਰ ਦੇ ਵਿੱਚ ਨਵੀਂ ਬਜਾਰਤ ਦੇ ਰੂਪ ਦੇ ਵਿੱਚ 5 ਮੰਤਰੀ ਸ਼ਾਮਲ ਹੋ ਗਏ ਨੇ। ਇਹ ਪਹਿਲੂ ਅਹਿਮ ਹੈ।